ਐਸੇ ਸੰਤ ਜਨ ਜਿਹੜੇ ਪਰਿਵਾਰ ਤੋਂ ਉੱਪਰ ਉੱਠ ਕੇ ਕੇਵਲ ਸੰਸਾਰ ਦਾ ਤੇ ਸਮਾਜ ਦਾ ਹੀ ਭਲਾ ਮੰਗਦੇ ਰਹਿੰਦੇ ਨੇ ਤੇ ਸਾਰੀ ਜ਼ਿੰਦਗੀ ਖਲਕਤ ਦਾ ਭਲਾ ਕਰਦਿਆਂ ਉਹਨਾਂ ਦੀ ਬੀਤ ਜਾਂਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਇਆ, ਇੱਦਾਂ ਦੇ ਸਾਧੂਆਂ ਦੀ ਮੈਨੂੰ ਚਰਨ ਧੂੜ ਮਿਲੇ। ਇੱਕ ਵਾਰੀ ਨਹੀਂ, ਮੈਂ ਵਾਰ ਵਾਰ ਸੱਦ ਕੇ ਜਾਂਦਾ ਬਾਬਾ ਪ੍ਰੇਮ ਸਿੰਘ ਜੀ ਬਰਾਲੇ ਵਾਲੇ ਵਰਗਿਆਂ ਮਹਾਂਪੁਰਖਾਂ ਤੋਂ। ਮਿਲ ਕੇ ਗਾਇਓ ਵਾਰ ਵਾਰ ਜਾਈ ਲੱਖ ਪਰੀਆ, ਵਾਰ ਵਾਰ ਜਾਈ ਲੱਖ ਪਰੀਆ, ਤੇ ਹੋ ਸੰਤਨ ਕੀ ਪੂਰਾ ਜਿਓ, ਵਾਰ 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 ਜਾਈ ਲੱਖ ਪਰੀਆ, ਵਾਰ ਵਾਰ ਜਾਈ ਲੱਖ ਪਰੀਆ, ਤੇ ਹੋ ਸੰਤਨ ਕੀ
ਨਜ਼ਰ ਕਰੋ ਹਮਾਰਾ ਪੂਰਾ
ਗੁਰੂ। ਇੱਕ ਸ਼ਬਦ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸੰਤ ਉਹ ਸਾਧੂ ਜਿਹੜੇ ਕੇਵਲ ਰੱਬ ਦਾ ਨਾਮ ਤੇ ਸੇਵਾ ਨੂੰ ਸਮਰਪਿਤ ਹੋਏ, ਦੁਨੀਆਂ ਦੇ ਸਾਰੇ ਲਾਲਚ ਛੱਡ ਕੇ ਕੇਵਲ ਬੰਦਗੀ ਦਾ ਲਾਲਚ ਤੇ ਸੇਵਾ ਦਾ ਲਾਲਚ ਜਿਹਨਾਂ ਦੇ ਮਨ ਵਿੱਚ ਸੀ ਤੇ ਪਰਉਪਕਾਰ ਕਰਦਿਆਂ ਜੀਵਨ ਬਤੀਤ ਹੋਇਆ। ਗੁਰੂ ਰਾਮਦਾਸ ਕਹਿੰਦੇ ਏਦਾਂ ਦੇ ਗੁਰਸਿੱਖਾਂ ਦੀ ਚਰਨ ਧੂੜ ਮੈਨੂੰ ਮਿਲੇ ਰੱਬਾ, ਏਦਾਂ ਦੇ ਗੁਰਸਿੱਖਾਂ ਦੀ ਚਰਨ ਧੂੜ। ਬੜੇ ਪਿਆਰ ਨਾਲ ਇੱਕ ਵਾਰੀ ਗਾਈ, ਵਾਰ ਵਾਰ ਜਾਈ ਲੱਖ ਵਰੀਆ, ਵਾਰ ਵਾਰ ਜਾਈ ਲੱਖ ਵਰੀਆ, ਦੇਹੋ ਸੰਤਨ ਕੀ ਪੂਰਾ ਜੀਓ, ਵਾਰ 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 ਜਾਈ ਲੱਖ ਵਰੀਆ, ਵਾਰ ਵਾਰ ਜਾਈ ਲੱਖ ਵਰੀਆ।